लिबरल टीवी लोगों की आवाज़ लोगों लिए। अमृतसर दे विच लगातार लड़ाइयां झगड़ियां दे मामले वधदे जा रहे ने। लोकां दे मनां दे विचों कानून दा डर खत्म हुंदा जा रहा है। शरेआम गोलियां चलाईयां जा रहियां ने ते तुहानूं दस दईए कि ताज़ा मामला अमृतसर दा है, जिथे मजीठा रोड दे उत्ते दो धड़ियां दे विचकार झगड़ा हो गया ते झगड़ा वी अजिहा होया कि उत्थे गोलियां तक चल पईयां ते इस दौरान दोवें धिरां नूं आपस दे विच छड़वाउंदी एक महिला नूं गोली लग गई, जिस दी गोली लगण दे नाल मौत हो गई। उधर इस घटना नूं लैके मृतक दे परिवार वालियां दा कहना है कि उन्हां नूं इंसाफ चाहिदा है। मेरे ब्रदर दी छोटे जिही लड़ाई होई सी इत्थे ते उन्हूं बचाउण वास्ते मम्मी अगे आ गए सी ते उन्हूं गोली मार दित्ती गई है। की होया की सी इत्थे? झगड़ा होया सी कल राती, मैनूं हुण पता चलिया। राती झगड़ा होया सी काफ़ी ज़्यादा ते उन्होंने इन्हां ने गली वालियां ने समझौता करके वार्निंग दित्ती सी कि जिहड़ा पहल करेगा उन्हूं 20,000 जुर्माना लगेगा। तो फिर आ सवेरे आके तड़के साडा बुआ मम्मी उन्होंने खड़का के गए है, काफ़ी डंडे डुंडे मार के गए है। फिर उन्होंने उन्होंने ब्रदर तो पापा बाहर आए समझाने वास्ते कि वेखो फिर इन्होंने पहल कर ली है। फिर कलेश कलूश काफ़ी होया, उन्होंने पिस्तौलों हवा च 3 फायरिंग की है पिस्तौल नाल। तो उस तो बाद चौथी फायरिंग जो मेरे ब्रदर से कर लिया। असल चो मेरे ब्रदर मारन वास्ते ही आए थे, उन्होंने मेन मोटिव सीगा उन्होंने मारना, तो उन्होंने मारन वास्ते ही आए ही। वो मारन के चक्कर च मेरी माँ अगे आ गई, उन्होंने बचाने वास्ते तो आप मर गई, ਉਹਨੂੰ ਗੋਲੀ ਲੱਗ ਗਈ ਹੈ। ਕੀ ਡਿਮਾਂਡ ਕਰਦੇ ਹੋ? ਕੀ ਕੰਮ? ਡਿਮਾਂਡ ਸਰ ਇੱਕੋ ਹੀ ਆ ਮੇਰੀ। ਆ ਕੀ ਡਿਮਾਂਡ ਕਰਦੇ ਹੋ? ਇੱਕੋ ਹੀ ਡਿਮਾਂਡ ਹੈ ਸਰ ਮੇਰੀ ਕਿ ਬਸ ਮੇਰੀ ਮੰਮੀ ਨੂੰ ਇਨਸਾਫ ਦਿੱਤਾ ਜਾਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਉਹਨਾਂ ਤੇ ਕਾਰਵਾਈ ਹੋਵੇ। ਤੁਹਾਡਾ ਕੋਈ ਲੜਾਈ ਝਗੜਾ ਸੀ? ਕਹਿੰਦੇ ਲੜਕੀ ਦਾ ਕੋਈ ਚੱਕਰ ਸੀ। ਮੈਨੂੰ ਨਹੀਂ ਇਸ ਚੀਜ਼ ਦਾ ਪਤਾ, ਲੜਕੀ ਦਾ ਕੋਈ ਚੱਕਰ ਨਹੀਂ ਸੀ। ਗਲੇ ਮਹੱਲਾ ਇੱਥੇ ਸਾਰਾ ਬੈਠਾ, ਇੱਥੇ ਉਹ ਬੈਠਦਾ ਸੀ ਸਾਰੇ ਮੁੰਡਿਆਂ ਦੇ ਨਾਲ, ਸਾਰੇ ਮੁੰਡੇ ਇੱਥੇ ਗਵਾਹ ਹੋਣਗੇ, ਸਾਰੇ ਗਲੀ ਵਾਲਿਆਂ ਨੂੰ ਪਤਾ ਜਿਹੜੇ ਇਨਸਾਫ ਰਾਤੀ ਬਹਿ ਕੇ ਕਰਵਾ ਰਹੇ ਨੇ ਤੇ ਉਹ ਕਿਸ ਤਰ੍ਹਾਂ ਕਹਿ ਸਕਦੇ ਆ ਲੜਕੀ ਦਾ ਚੱਕਰ ਸੀ? ਜਾਂ ਲੜਕੀ ਦਾ ਚੱਕਰ ਨਹੀਂ, ਲੜਕੀ ਸਾਹਮਣੇ ਲੈ ਕੇ ਆਓ, ਲੜਕੀ ਕਿੱਥੇ ਹੈ? ਫਿਰ ਲੜਕੀ ਸਾਹਮਣੇ ਲੈ ਕੇ ਆਓ। ਫਿਰ ਮੈਂ ਉਹਨੂੰ ਪੁੱਛਾ ਕਿਹੜਾ ਚੱਕਰ ਸੀ, ਦੱਸ 20 ਵਾਰੀ ਤੂੰ ਹੋਏਂਗੀ? ਕਹਿੰਦੇ 20 ਵਾਰੀ ਸੀ ਉਹਦੇ ਨਾਲ, ਕਹਦਾ ਉਹਦਾ ਚੱਕਰ ਹੋਏਗਾ? ਮੁੰਡਾ ਮੇਰਾ ਸਾਡਾ ਕੁਵਾਰਾ ਛੋਟਾ ਬੱਚਾ ਲੈ ਤੇ ਉਹਦੇ ਨਾਲ ਕਹਦਾ ਚੱਕਰ ਹੋਏਗਾ? ਸਰ ਤੁਸੀਂ ਆਪ ਸਿਆਣੇ ਹੋ, ਡਿਮਾਂਡ ਕਰਦੇ? ਡਿਮਾਂਡ ਮੇਰੀ ਇੱਕੋ ਹੀ ਹੈ, ਸਾਰੀ ਫੈਮਿਲੀ ਨੂੰ ਚੱਕੋ, ਸਾਰਿਆਂ ਨੂੰ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ, ਕਿਉਂਕਿ ਸਾਰੀ ਫੈਮਿਲੀ ਵਿੱਚ ਇਨਵੋਲਵ ਹੈ ਔਰ ਉਹਨਾਂ ਦੇ ਦੋਨੋਂ ਬੇਟੇ ਇਨਵੋਲਵ ਹੈ ਜਿਨ੍ਹਾਂ ਨੇ ਫਾਇਰਿੰਗ ਕੀਤੀ ਹੈ। ਕੋਈ ਸੰਨੀ ਤੇ ਕੁਛ ਗੋਰਾ ਕਰਕੇ ਨਾਮ ਦੱਸਦਾ ਪਿਆ ਸੀ ਛੋਟਾ। ਇਸ ਮਾਮਲੇ ਨੂੰ ਲੈ ਕੇ ਦੂਜੇ ਪਾਸੇ ਪੁਲਿਸ ਦਾ ਕੀ ਕੁਝ ਕਹਿਣਾ ਉਹ ਸੁਣਦੇ ਹਾਂ। ਤੇ ਕੀ ਕਹਿਣਾ ਚਾਹੋਗੇ? ਕੀ ਕਾਰਵਾਈ ਤੁਸੀਂ ਸ਼ਮਾ ਚ ਲਿਆਂਦੀ ਜਾ ਰਹੀ ਹੈ ਜੀ? ਕਿ ਜਿਹੜੀ ਔਰਤ ਲਤਾ ਉਮਰ ਕਰੀਬ 52 ਸਾਲ ਦੀ ਜਿਹੜੀ ਮੌਤ ਹੋਈ ਹੈ ਗੋਲੀਆਂ ਲੱਗਣ ਕਰਕੇ, ਇਹਨਾਂ ਦਾ ਦੂਸਰੀ ਪਾਰਟੀ ਛੰਨੀ ਗਿੱਲ ਪਾਰਟੀ ਜਿਹਨਾਂ ਨੇ ਗੋਲੀਆਂ ਮਾਰੀਆਂ ਨੇ ਉਹਨਾਂ ਨਾਲ ਇਹਨਾਂ ਦੀ ਔਰਤ ਦਾ ਕੋਈ ਛੇੜਛਾੜ ਦਾ ਮਸਲਾ ਸੀ, ਉਹਦੇ ਕਰਕੇ ਇਹਨਾਂ ਦੀ ਲੜਾਈ ਹੋਈ। ਲੜਾਈ 'ਚ ਇਹਦੇ ਗੋਲੀਆਂ ਲੱਗ ਗਈਆਂ ਜਿਹਦੇ ਕਾਰਨ ਮੌਤ ਹੋਈ। ਕਾਰਨ ਕੀ ਸੀ ਲੜਾਈ ਦਾ? ਕਾਰਨ ਉਹੀ ਔਰਤ ਦਾ ਇਹਨਾਂ ਦੇ ਘਰ ਨਜ਼ਦੀਕ ਨੇ ਦੋਨਾਂ ਧਿਰਾਂ ਦੇ, ਉਹ 'ਚੋਂ ਇਹਨਾਂ ਦੀ ਗੁਰੰਜਿਸ਼ ਚੱਲਦੀ ਸੀ। ਅਤੇ ਕੀ ਕਾਰਵਾਈ ਮਿਲ ਜਾਂਦੀ? ਕਾਰਵਾਈ ਇਹੀ ਇਸਦਾ ਕੇਸ ਰਜਿਸਟਰ ਕਰਕੇ, ਕਤਲ ਦਾ ਕੇਸ ਰਜਿਸਟਰ ਕਰਕੇ ਇਨਵੈਸਟੀਗੇਟ ਕਰ ਰਹੇ ਹਾਂ ਅਤੇ ਜਲਦ ਤੋਂ ਜਲਦ ਜਿਹੜੇ ਦੋਸ਼ੀ ਨੇ ਉਹ ਗ੍ਰਿਫਤਾਰ ਕੀਤੇ ਜਾਣ। ਲਿਬਰਲ ਟੀਵੀ ਪੰਜਾਬੀ ਦੇ ਲਈ ਅੰਮ੍ਰਿਤਸਰ ਤੋਂ ਹਰਦੇਵ ਸਿੰਘ ਪ੍ਰਿੰਸ ਦੀ ਰਿਪੋਰਟ। ਲਿਬਰਲ ਟੀਵੀ ਪੰਜਾਬੀ।